ਥੋੜ੍ਹਾ ਜਿਹਾ ਚੋਕਰ, ਕਾਲੇ ਛੋਲਿਆਂ ਦੀ ਚੂਰੀ, ਸੋਇਆਬੀਨ, DOC, ਐਵਰੀਥਿੰਗ ਬਣਾ ਕੇ ਫਿਰ ਇਹ ਦਾਣਾ ਕੀਤਾ ਅਸੀਂ ਤਿਆਰ। ਮੈਂ ਆਪਦੇ ਹੱਥੀਂ ਕੀਤਾ ਬਈ ਮਿਕਸ, ਅਤੇ ਆਹ ਦੇਖੋ ਆਹ ਹਿਸਾਬ ਨਾਲ ਇਹ 'ਚ ਕਿੰਨਾ 1.5 ਕਿਲੋ ਦਾਣਾ ਆ ਜਾਂਦਾ। ਆਹ ਦੇਖੋ ਜਿਵੇਂ ਪੱਠੇ ਪਾਏ ਹੋਏ ਨੇ, ਅਤੇ ਬਈ ਗਰਮੀਆਂ 'ਚ ਇੱਕ ਨਾ ਬਹੁਤ ਧਿਆਨ ਰੱਖਿਓ ਪੱਠਿਆਂ ਦਾ, ਪੱਠੇ ਹੋ ਜਾਂਦੇ ਆ ਗਰਮ, ਜਿਹਨਾਂ 'ਚੋਂ ਗੈਸ ਨਿਕਲਦੀ ਆ। ਕਈ ਵਾਰੀ ਆਪਾਂ ਚੱਕਦੇ ਹਾਂ, ਜਿਹੜਾ ਪਾਣੀ ਜਾਣਾ ਨਾ ਚੱਕਦੇ ਹਾਂ ਅਤੇ ਪੱਠੇ ਪਾ ਦਿੰਦੇ ਹਾਂ, ਠੀਕ ਹੈ। ਇਹ ਕੰਮ ਨਹੀਂ ਕਰਨਾ ਹੈਗਾ ਕਦੀ ਵੀ, ਪੱਠੇ ਰੱਖੋ, ਠੰਡੇ ਕਰੋ ਚੰਗੀ ਤਰ੍ਹਾਂ, ਫਿਰ ਪਾਓ ਜਾਨਵਰ ਨੂੰ। ਗੈਸ ਵਾਲੇ ਪੱਠੇ ਪਾ ਕੇ ਜਾਨਵਰ ਨੂੰ ਬਲ ਲੱਗ ਨੂੰ ਨੁਕਸਾਨ ਹੋਊਗਾ। ਆ ਜਾ ਬੇਟਾ, ਆਹ ਦੇਖੋ ਇਹ ਪਾਤਾ ਦਾਣਾ, ਠੀਕ ਹੈ। ਆਹ ਦਾਣਾ ਹੋ ਗਿਆ ਬਾਬੂ, ਅਤੇ ਆਹ ਦੇਖੋ ਆਹ ਸਾਡੀ ਤੂੜੀ ਆ, ਅਤੇ ਆਹ ਛਾਨਣਾ ਵਾ। ਆਹ ਦੇਖੋ ਬਾਬਿਓ, ਛਾਣੇ ਬਗੈਰ ਕਦੀ ਨਵਾਂ ਬੰਦਾ, ਪੁਰਾਣੇ ਬੰਦੇ ਤਾਂ ਜਾਣਕਾਰ ਨੇ ਉਹਨਾਂ ਲਈ ਨਹੀਂ ਹੈਗਾ, ਛਾਣ ਕੇ ਨਹੀਂ ਪਾਉਣੀ, ਸਭ ਅੱਗੇ ਬਗੈਰ ਛਾਣੇ, ਸੋਰੀ, ਪਹਿਲਾਂ ਚਾਹੇ ਧੋ ਕੇ ਸੁਕਾ ਦਿਓ ਫਿਰ ਵੀ ਵਧੀਆ। ਅਸੀਂ ਤਾਂ ਐਂ ਆ ਦੇਖੋ ਪੂਰੇ ਵੱਟ ਕੱਢ ਕੇ, ਆਹ ਦੇਖੋ ਬਾਈ, ਬਸ ਮੈਂ ਇੰਨੀ ਕੁ ਤੂੜੀ ਪਾਉਣੀ ਆ। ਆਹ ਹੋ ਗਈ ਤੂੜੀ, ਠੀਕ ਹੈ ਜੀ। ਅਤੇ ਇੱਕ ਹੋਰ ਨਵੇਂ ਬੰਦਿਆਂ ਲਈ, ਜਿਹਨਾਂ ਨੂੰ ਲੱਗਦਾ ਉਹਨਾਂ ਦਾ ਘੋੜਾ ਲਿੱਸਾ, ਉਹਨਾਂ ਦੇ ਦਾਣੇ 'ਚ ਕੁਛ ਮਲਟੀ ਵਿਟਾਮਿਨ ਨਹੀਨਹੀਂ ਹੈਗੇ, ਕੁਛ ਵਿਟਾਮਿਨ ਹੁੰਦੇ, ਮਿਨਰਲਸ ਹੁੰਦੇ, ਜਿਹੜੇ ਆਪਾਂ ਦਾਣੇ 'ਚ ਨਹੀਂ ਦੇ ਪਾਉਂਦੇ, ਘੋੜੇ ਦੇ ਖੁਰ ਖਰਾਬ ਹੋ ਜਾਂਦੇ ਆ, ਉਹਦੀ ਸ਼ਾਈਨ ਮਰ ਜਾਂਦੀ ਆ, ਉਹ ਸੁਸਤ ਰਹਿਣ ਲੱਗ ਪੈਂਦੇ। ਇਸ ਕਰਕੇ ਮੈਂ ਟੀਕਾ ਯੂਜ਼ ਕਰਦਾ ਬਾਈ ਜੀ, ਵਿਟਾਮਿਨ ਏ, ਵਿਟ D3, ਵਿਟ E ਐਂਡ ਬਾਇਓਟੀਨ ਇੰਜੈਕਸ਼ਨ, ਜਿੰਨੇ ਪੈਚ। ਇਹ ਨਵੇਂ ਬੰਦਿਆਂ ਲਈ ਆ ਵੀਰ, ਨਵਿਆਂ ਲਈ, ਠੀਕ ਹੈ। ਵੈਸੇ ਮੈਂ ਟੀਕਾ ਲਾ ਚੁੱਕਿਆ, ਪਰ ਤਾਂ ਵੀ ਤੁਸੀਂ ਆ ਜਾਓ, ਆ ਜਾ। ਬਹੁਤ ਸ਼ੁਕਰੀਆ, ਕੋਈ ਗਲਤੀ ਹੋਈ ਮਾਫ਼ ਕਰਿਓ। ਬਾਕੀ ਘੋੜੇ ਲੰਬੀ ਉਮਰਾਂ ਕੱਟਣ, ਸਭ ਦੇ ਤੰਦਰੁਸਤ ਰਹਿਣ। ਜੈ ਹੋ, ਜੈ ਹੋ, ਜੈ ਹੋ।